ਜੀ ਡਾਕਟਰ ਦੇ ਕੋਲ ਚੈੱਕ ਕਰਾਉਣ, ਕਿਉਂਕਿ ਬਾਜ਼ੂ ਦੇ ਵਿੱਚ ਹੁਣ ਪਾਉਣਾ ਨਾ ਬਰਨੌਲਾ ਬਿਲਕੁਲ ਹੀ ਨਹੀਂ ਧਿਆਨ ਚੰਗਾ ਭਲਾ ਸੋਫੇ ਦਾ ਬਰਾਬਰ ਨਹੀਂ ਆ ਫੋਨ ਮਿੰਦੇ ਆ ਹੀ ਮੰਮਾ ਕੋ ਵਾਲ ਤੋਂ ਬੁਲਾਵਾ ਮੈਂ ਕਿਹਾ ਫਿਰ ਬਹਿਣ ਦੇ ਨੇ ਕਿਸੇ ਹੋਰ ਨੂੰ ਲੈਣਾ ਹੁੰਦਾ ਕੀ ਪਤਾ ਚੈੱਕ ਭੇਜੀ ਚੈੱਕ ਕਰ ਲਓ ਉਹਨੂੰ ਨਹੀਂ ਪਤਾ ਮਾਂ ਫੋਨ ਨਾ ਲੱਗਦਾ ਹਾਂਜੀ ਜੀ ਆ ਵੇਖੋ ਜੀ ਜਿੱਦ ਕਰ ਰਹੇ ਆ ਕਿ ਮੈਨੂੰ ਮੂੰਹ ਨੂੰ ਖਿਲਾਰ ਅਤੇ ਖਲੋਤਾ ਜਾਂਦਾ ਨਹੀਂ ਗਾ ਅਤੇ ਬਹੁਤ ਜਿੱਦ ਕਰ ਰਹੇ ਆ ਮੂੰਹ ਤੇਰੇ ਕੋਲ ਨਹੀਂ ਚੁੱਕਿਆ ਜਾਣਾ ਅੰਮੀ ਆਹ ਦੁਆ ਕਰੋ ਜੀ ਆਪਣੇ ਦੇਖਾ ਦਰਦ ਹੋਈ ਹੈ ਨਾ
ਤੇ ਦਵਾ ਕਰੋ ਜੀ। ਹੁਣ ਇੱਥੇ ਹੋਸਪਿਟਲ 'ਚ ਆਏ ਹਾਂ, ਪ੍ਰਾਈਵੇਟ ਹੋਸਪਿਟਲ। ਉਹਨਾਂ ਨੇ ਕਿਹਾ ਵੀ ਜੇ ਇਹਨਾਂ ਦੇ ਨਾ ਬਾਜ਼ੂ ਦੇ ਵਿੱਚ ਬਰਨੌਲਾ ਨਹੀਂ ਪਾਉਣਾ, ਜਿਹੜੇ ਆਹ ਉੱਪਰੋਂ ਕੱਢ ਦੇਣਗੇ। ਉਹ ਤਕਲੀਫ ਉਹਨਾਂ ਨੂੰ ਬਹੁਤ ਦਿੰਦੀ ਪਈ ਹੈ ਨਾ ਗਲੇ ਵਾਲੀ, ਅਤੇ ਇਸ ਵਜ੍ਹਾ ਤੋਂ ਉਹਨਾਂ ਨੇ ਕਿਹਾ ਵੀ ਬਾਜ਼ੂ 'ਤੇ ਪਵਾਓ ਇਹਨਾਂ ਦੇ। ਅਸੀਂ ਆਪ ਕਹਿੰਦੇ ਕਿ ਤੁਸੀਂ ਤੁਰੋ ਖਲੋਵੋ। ਉਹ ਖਲੋਣਾ ਚਾਹੁੰਦੇ ਆ ਜੀ ਕਿ ਮੈਂ ਖਲੋਵਾਂ, ਇੰਨੇ ਦਿਨ ਹੋ ਗਏ ਮੈਂ ਪਿਆ, ਮੈਂ ਖਲੋਣਾ ਚਾਹੁੰਦਾ। ਬਹੁਤ ਕੋਸ਼ਿਸ਼ ਕਰਦੇ ਖਲੋਣ ਦੀ ਜੀ। ਚਲ ਇੰਨਾ ਕੀ ਖਲੋ ਲਿਆ, ਬਸ ਸਹੀ ਹੈ। ਚਲੋ ਹਾਂਜੀ, ਕੋਈ ਨੀ, ਹੌਸਲਾ ਰੱਖੋ, ਖੁਦਾ ਤੁਹਾਨੂੰ ਆਰਾਮ ਦੇਗਾ। ਆ ਵੇਖੋ ਤੁਹਾਡੇ ਫੈਨ ਤੁਹਾਨੂੰ ਦੇਖਦੇ ਆ, ਬਹੁਤ ਦੁਆਵਾਂ ਕਰਦੇ ਪਏ ਆ ਜੀ। ਹਾਂ ਸਾਹਿਬ, ਤੁਹਾਡੇ ਲਈ ਬਹੁਤ ਲੋਕ ਦੁਆਵਾਂ ਕਰਦੇ ਪਏ, ਜਿਹੜੇ ਤੁਹਾਨੂੰ ਵੇਖਦੇ ਨਾ, ਤੁਹਾਡੇ ਲਈ ਬਹੁਤ ਦੁਆਵਾਂ ਕਰਦੇ ਪਏ ਨੇ। ਅਤੇ ਇਨਸ਼ਾਅੱਲਾ ਖੁਦਾ ਦੇ ਫਜ਼ਲ ਨਾਲ ਤੁਸੀਂ ਆਪਣੇ ਪੈਰਾਂ 'ਤੇ ਖੁਦ ਖੜ੍ਹੇ ਹੋਵੋਗੇ, ਠੀਕ ਹੈ ਨਾ? ਦੱਸੋ ਹੋਵੋਗੇ ਨਾ? ਹਾਂਜੀ ਕਹਿੰਦੇ ਜੀ ਹੋਵਾਂਗਾ। ਮੋਹਨ ਵਿਚਾਰਾ ਥੱਕ ਗਿਆ, ਚੁੱਕ ਕੇ ਮੋਹਨ ਦੀ ਬੱਸ ਹੋ ਗਈ। ਕੋਈ ਨਹੀਂ ਮੋਹਨ, ਵੇਖ ਹੈਂ, ਖੁਦਾ ਤੈਨੂੰ ਤਾਂ ਜ਼ਰੂਰ ਸਿਲਾ ਦੇਗਾ। ਅੰਮੀ ਵੀ ਆਏ ਨਾਲ, ਮੈਂ ਮੋਹਨ ਅੰਮੀ। ਡਾਕਟਰਾਂ ਨੇ ਕਿਹਾ ਵੀ ਇਹਨਾਂ ਨੂੰ ਲੈ ਕੇ ਆਓ ਅਤੇ ਇਹਨਾਂ ਦੀ ਬਾਜ਼ੂ 'ਚ ਪਾਉਣਾ, ਆਹ ਵਾਲੀ ਨਾਲੀ ਜਿਹੜੀ ਪਾਈ ਨਾ, ਇਹਦੇ ਨਾਲ ਤਕਲੀਫ ਇਹਨਾਂ ਨੂੰ ਬਹੁਤ ਹੋ ਰਹੀ ਆ। ਅਤੇ ਸਭ ਜੀ ਦੁਆ ਕਰਿਓ ਖੁਦਾ, ਹੁਣ ਬਾਜ਼ੂ ਦਾ ਵੀ ਕੰਮ ਇਹਨਾਂ ਦਾ ਹੋ ਜਾਵੇ। ਹੁਣ ਲੈ ਡਾਕਟਰ ਸਾਹਿਬ ਨੇ ਆਉਣਾ ਵਾ ਜੀ, ਟਾਈਮ ਉਹਨਾਂ ਨੇ ਦੇ ਦਿੱਤਾ। ਬੈਟਰੀ ਬੜੀ ਪਈ, ਚੱਲ ਫੜ ਲਈ ਆ। ਦੁਆ ਕਰੇ ਬਾ ਚੱਲ ਜੇ, ਅੱਲਾ ਕਰੇ। ਹਾਂ ਕੋਈ ਨਹੀਂ ਮੋਹਨ, ਹੁਣ ਪੁੱਛਦੇ ਆ ਨਾ ਕੀ ਕਹਿੰਦੇ ਡਾਕਟਰ ਸਾਹਿਬ। ਬਿਮਾਰੀ ਕੱਲਾ ਕਿਸੇ ਦੇ ਘਰ ਨਾ ਹੋਵੇ। ਹਾਂਜੀ ਮੋਹਨ, ਵਾਕਈ ਦੁੱਖ ਨਾ ਕਿਸੇ ਦੇ ਜੀ। ਤੋਬਾ, ਮੈਂ ਇਹੀ ਕਹਿੰਦੀ ਖੁਦਾ ਕੋ ਦੁਆ ਕਰਦੀ ਕਿ ਖੁਦਾ ਬੰਦਾ ਕੋਈ ਦੁੱਖ ਤਕਲੀਫ ਨਾ ਕਿਸੇ, ਬਿਮਾਰੀ ਨਾ ਕਿਸੇ ਦੇ ਘਰ 'ਚ ਆ ਜਾਵੇ ਜੀ। ਅਤੇ ਬਸ ਇਹੀ ਟੈਨਸ਼ਨ ਆ, ਕੋਈ ਨਹੀਂ, ਤੁਸੀਂ ਸਭ ਮੇਰੇ ਨਾਲ ਆ ਜੀ। ਜ਼ਿੰਦਗੀ ਬਾਜੀ ਜੇ ਹੋਰ ਕਿਹੜੀ ਜ਼ਰੂਰਤ ਆ ਸਾਨੂੰ, ਆਪਣੇ ਬੱਚਿਆਂ 'ਚ ਸਲਾਮਤ ਰਹਿਣ ਹੱਸਦੇ ਵਸਦੇ, ਸਾਡਾ ਛੋਟਾ ਜਿਹਾ ਪਰਿਵਾਰ ਇੰਨਾ ਸੋਹਣਾ। ਕੋਈ ਨਹੀਂ ਖੁਦਾ, ਫਿਰ ਤੁਹਾਡੀਆਂ ਦੁਆਵਾਂ ਨਾਲ ਅਸੀਂ ਉਸੇ ਰੂਜ 'ਤੇ ਆਵਾਂਗੇ ਜੀ। ਇਹਨਾਂ ਨਾਲ ਟਿਕਟੋ, ਫਿਰ ਮੈਨੂੰ ਉਸ ਤਰ੍ਹਾਂ ਹੀ ਪੁਕਾਰਨਗੇ। ਫੌਜੀਆ ਕੀ ਕਰਦੀ, ਫੌਜੀਆ ਖਾਲਾ ਤੁਹਾਡੀ ਦੁਆ ਨਾਲ ਜੀ। ਫੌਜੀਆ ਨੂੰ ਕਹਿੰਦਾ ਰਹਿੰਦਾ, ਹੁਣ ਫੌਜੀਆ ਵਿਚਾਰੀ ਅੱਗੇ ਪਿੱਛੇ ਹੋਈ ਫਿਰਦੀ ਹੈ। ਸੈਮਨ ਵੀ ਆ ਗਏ, ਕੋਈ ਨਹੀਂ, ਖੁਦਾ ਖੈਰ ਕਰੇ। ਇਹਨਾਂ ਦੀ ਬੈਟਰੀ ਪੈਂਦੀ ਹੈ ਅਤੇ ਫਿਰ ਤੁਹਾਨੂੰ ਮਿਲਵਾਉਂਦੇ ਹਾਂ ਇਹਨਾਂ ਨਾਲ।
ਓਕੇ ਜੀ ਚੱਲ ਵੇ ਘਰ ਵੇ ਉਹ ਡਾਕਟਰ ਦਾ ਫੋਨ ਆ ਹਾਂਜੀ ਜੀ ਹੁਣ ਅਸੀਂ ਘਰ ਲੈ ਆਂਦਾ ਲਗਾਏ ਹਨ ਅੱਜ ਸੀ ਕਿ ਇਹਨਾਂ ਦੀ ਬਾਜ਼ੂ ਦੇ ਵਿੱਚ ਪਾਣੇ ਸੀ ਨਾ ਵਾਲੇ ਚੀਜ਼ ਬੰਦੇ ਤੋਂ ਕਰਦੇ ਸੀ ਕਿਉਂਕਿ ਦਰਦ ਬਹੁਤ ਜ਼ਿਆਦਾ ਹੁੰਦੀ ਪਈ ਇਹਨਾਂ ਨੂੰ ਤੇ ਬਾਜ਼ੂ 'ਚ ਪਾਉਣੇ ਹੁਣ ਕੀ ਦੱਸ ਹੁਣ ਕੀ ਕਿਹਾ ਡਾਕਟਰ ਨੇ ਜੀ ਪਰੇਸ਼ਨ ਕੀਤਾ ਕਹਿੰਦਾ ਇਹਨਾਂ ਦਾ ਬਲੱਡ 200 ਬਲੱਡ ਪ੍ਰੈਸ਼ਰ 200 ਸੀਗਾ ਜੀ ਬਲੱਡ ਪ੍ਰੈਸ਼ਰ ਹੀ ਨਹੀਂ ਇਹਨਾਂ ਦਾ ਲੋਅ ਹੋ ਗਿਆ ਬਲੱਡ ਪ੍ਰੈਸ਼ਰ ਹੁਣ ਪ੍ਰੈਸ਼ਰ ਦੇ ਕੇ ਵਾਪਸ ਲੈ ਆਇਆ ਮੈਂ ਕੀਤੀ ਕੋਸ਼ਿਸ਼ ਨਹੀਂ ਬਲੱਡ ਨਹੀਂ ਘਟਿਆ ਕਹਿੰਦਾ ਮੈਂ ਨਹੀਂ ਕਰ ਸਕਦਾ ਸੁਭਾਹ ਨੂੰ ਕਰਾਂ ਸੁਭਾਹ ਦੇ ਗਏ ਹੋਏ ਸੀਗੇ ਤੇ ਬਲੱਡ ਪ੍ਰੈਸ਼ਰ ਸੁਭਾਹ ਦਾ ਇਹਨਾਂ ਦਾ ਕੰਟਰੋਲ ਹੀ ਨਹੀਂ ਹੁੰਦਾ ਪਿਆ ਤੇ ਫਿਰ ਵਾਪਸ ਹੁਣ ਲੈ ਆਂਦਾ ਹੁਣ ਕੱਲ ਦਾ ਉਹਨੇ ਟਾਈਮ ਦਿੱਤਾ ਕੱਲ ਦਾ ਜਾਂ ਪਰਸੋਂ ਦਾ ਉਹਨਾਂ ਨੇ ਦੇਖਿਆ ਜਦੋਂ ਬਲੱਡ ਠੀਕ ਹੋ ਗਿਆ ਤੇ ਮੈਨੂੰ ਕਾਲ ਕਰ ਦਿਓ ਹਾਂਜੀ ਉਹਨਾਂ ਦੇ ਬਲੱਡ ਪ੍ਰੈਸ਼ਰ ਇਹਨਾਂ ਦਾ ਜਦੋਂ ਵੀ ਸਹੀ ਹੋ ਗਿਆ ਨਾ ਤੇ ਸਾਰਾ ਦਿਨ ਚ ਰਾਤ ਦੇ 12 ਵਜੇ ਤੱਕ ਤੁਸੀਂ ਚੈੱਕ ਕਰਦੇ ਰਹਿਣਾ ਤੇ ਦੋ ਦੋ ਤਿੰਨ ਤਿੰਨ ਘੰਟੇ ਬਾਅਦ ਜਿੱਦਾਂ ਇਹਨਾਂ ਦਾ ਕੰਟਰੋਲ ਹੋਇਆ ਬਲੱਡ ਪ੍ਰੈਸ਼ਰ ਮੇਰੇ ਨਾਲ ਰਾਬਤਾ ਕਰੋ ਤੇ ਮਰੀਜ਼ ਨੂੰ ਲੈ ਆਇਆ ਮੇਰੇ ਕੋਲ ਬਸ ਜੀ ਕੋਈ ਨਾ ਕੋਈ ਰੁਕਾਵਟ ਵੇਖੋ ਚੰਗੇ ਭਲੇ ਗਏ ਆ ਗੱਡੀਆਂ ਕਾਰਾਂ ਦੇ ਕਿਰਾਏ ਲਾ ਕੇ ਤੇ ਰੁਕਾਵਟ ਕਾਦੀ ਇੱਥੇ ਵੀ ਖੁਦਾ ਦਾ ਕੋਈ ਭਲਾਈ ਨਹੀਂ ਹੁੰਦੀ ਇਹ ਬੰਦੇ ਦੀ ਬਲੱਡ ਤੇ ਸੀ ਉਹ ਵੀ ਨਹੀਂ ਰਿਸਕ ਲੈ ਸਕਦਾ ਹਾਂਜੀ ਇਹ ਤੇ ਮੀਗਨ ਨਾਲ ਕੇ ਫਿਰ ਵੀ ਫਿਰ ਅਸੀਂ ਕੀ ਕਰਾਂਗੇ ਤੇ ਸੋਚੇ ਤੇ ਉਹਨਾਂ ਨੇ ਸਾਨੂੰ ਘਰ ਵਾਪਸ ਭੇਜ ਦਿੱਤਾ ਕੋਈ ਜਿੱਤ ਜੋ ਕਰਦਾ ਖੁਦਾ ਬਿਹਤਰੀ ਕਰਦਾ ਇਨਸਾਨ ਵਾਸਤੇ ਸਾਨੂੰ ਆਸ ਨਹੀਂ ਛੱਡਣੀ ਚਾਹੀਦੀ ਹੌਂਸਲਾ ਰੱਖਣਾ ਚਾਹੀਦਾ ਮੈਂ ਤਾਰਕ ਸਾਹਿਬ ਇਹੀ ਕਹਿੰਦੀ ਹਾਂ ਕਿ ਆਪਣਾ ਹੌਂਸਲਾ ਰੱਖੋ ਜੀ ਜੇ ਖੁਦਾ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ ਨਾ ਤਾਂ ਦੇਖੋ ਤੰਦਰੁਸਤੀ ਵੀ ਦੇਵੇਗਾ ਅਤੇ ਆਪਣੇ ਪੈਰਾਂ 'ਚ ਤੁਸੀਂ ਖੁਦ ਚੱਲੋ ਖਿਲੋਗੇ ਆਪਣੇ ਬੱਚਿਆਂ 'ਚ ਤੁਹਾਡੇ ਅੱਗੇ ਇੱਕ ਹੀ ਰਿਕੁਐਸਟ ਹੈ ਜਿੰਨੀ ਦੁਆ ਹੋ ਸਕਦੀ ਹੈ ਨਾਲ ਹੀ ਜ਼ਰੂਰ ਕਰੇ ਜਿਹੜੀ ਚੀਜ਼ ਦੁਆਵਾਂ ਬੜੀਆਂ ਕੀਮਤੀ ਹੁੰਦੀਆਂ ਜਿੰਨਾ ਹੋ ਸਕੇ ਇੰਨਾ ਮਿਲ ਕੇ ਦੁਆ ਜ਼ਰੂਰ ਕਰੇ ਬੜਿਆ ਮੁਸ਼ਕਲ ਦੇਖਿਓ ਵੀਡੀਓ ਚ ਬਹੁਤ ਮੁਸ਼ਕਲ ਇਹਨਾਂ ਨੂੰ ਤਾਰ ਨਾਲ ਜਾਣਾ ਬਹੁਤ ਮੁਸ਼ਕਲ ਹੋ ਗਿਆ ਜੀ ਤੇ ਅਚਾਨਕ ਵੇਖੋ ਜਿਹੜਾ ਇੱਕ ਇਨਸਾਨ ਚੰਗਾ ਭਲਾ ਚੱਲਦਾ ਫਿਰਦਾ ਖੁਦ ਆਪਣਾ ਕਰਦਾ ਇੱਕਦਮ ਇੱਕ ਇਸ ਤਰ੍ਹਾਂ ਹੋ ਜਾਏ ਫਿਰ ਉਹ ਇਨਸਾਨ ਦੇ ਦਿਲ ਚੱਲਦੀ ਤਾਂ ਹੈ ਪਰ ਕੋਈ ਨਹੀਂ ਜੀ ਖੁਦਾ ਇਹਨਾਂ ਨੂੰ ਜ਼ਰੂਰ ਆਪਣੇ ਪੈਰਾਂ 'ਤੇ ਖੜਾ ਕਰੇਗਾ ਨਹੀਂ ਤਾਂ ਇਹੀ ਦੁਆ ਬੱਚੇ ਵੀ ਸਭ ਮਿਲ ਕੇ ਇਹਨਾਂ ਵਾਸਤੇ ਦੁਆ ਕਰੇ ਜੀ ਖੁਦਾ ਇਹਨਾਂ ਨੂੰ ਕਰੇਗੀ ਹਾਂਜੀ ਚਲੋ ਜੀ ਠੀਕ ਆ ਜੀ ਫਿਰ ਸਾਨੂੰ ਦੋ ਜਾਇਓ ਆਪਣਾ ਖਿਆਲ ਰੱਖਿਓ ਅਤੇ ਦੁਆਵਾਂ ਜੀ ਜ਼ਰੂਰ ਸਾਨੂੰ ਯਾਦ ਰੱਖਿਓ